ਉਧਰ ਅੰਮ੍ਰਿਤਸਰ ਦੇ ਵਾਰ ਮੈਮੋਰੀਅਲ ਵਿਚ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਵਰਕਰਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਸਰਜੀਕਲ ਸਟਰਾਈਕ ਦੇ ਫੈਸਲੇ ਲਈ ਮੋਦੀ ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਆਖਿਆ ਕਿ ਭਾਰਤ ਨੇ ਪੁਲਵਾਮਾ ਹਮਲੇ ਦਾ ਆਖਿਰਕਾਰ ਬਦਲਾ ਲੈ ਲਿਆ ਅਤੇ ਪਾਕਿਸਤਾਨ ਨੂੰ ਸਬਕ ਸਿਖਾ ਦਿੱਤਾ, ਜਿਸ ਦੀ ਖੁਸ਼ੀ ਵਿਚ ਇਕ ਦੂਜੇ ਦਾ ਮੂੰਹ ਮਿੱਠਾ ਕਰਵਾ ਰਹੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਭਾਰਤ ਦੇਸ਼ ਨੂੰ ਜ਼ਰੂਰਤ ਪਈ ਤਾਂ ਉਹ ਆਪਣੇ ਖੂਨ ਦਾ ਕਤਰਾ ਕਤਰਾ ਦੇਸ਼ ਦੇ ਲਈ ਕੁਰਬਾਨ ਕਰ ਦੇਣਗੇ। ਅੱਜ ਪੂਰਾ ਦੇਸ਼ ਬੜਾ ਖੁਸ਼ ਹੈ, ਪੂਰੇ ਦੇਸ਼ ਦੀ ਖੁਸ਼ੀ ਚਰਮ ਸੀਮਾ ਤੇ ਹੈ, ਕਿਉਂਕਿ ਪੁਲਵਾਮਾ ਦਾ ਜਿਹੜਾ ਬਦਲਾ ਉਹ ਭਾਰਤ ਸਰਕਾਰ ਨੇ ਨਰਿੰਦਰ ਮੋਦੀ ਜੀ ਦੇ ਨੇਤ੍ਰਿਤਵ ਦੇ ਵਿੱਚ ਅੱਜ ਲੈ ਲਿਆ। ਇੰਨਾ ਸ਼ਾਨਦਾਰ ਅਟੈਕ ਕੀਤਾ, ਇੰਨਾ ਪਰਫੈਕਟ ਅਟੈਕ ਕੀਤਾ ਕਿ ਅੱਤਵਾਦੀਆਂ ਦੇ ਟਿਕਾਣੇ ਜਿੱਥੇ ਧਵਸਤ ਕੀਤੇ ਆ ਉੱਥੇ ਤਕਰੀਬਨ 300 ਤੋਂ ਵੱਧ ਆਤੰਕਵਾਦੀ ਅਤੇ ਉਹਨਾਂ ਦੇ ਸਰਗਣਾ ਮਾਰੇ ਗਏ ਆ। ਇਹ ਆ ਹਿੰਦੁਸਤਾਨ ਦਾ ਅਸਲੀ ਬਦਲਾ। ਪਹਿਲੀ ਵਾਰੀ ਪੂਰੀ ਦੁਨੀਆ ਦੇ ਵਿੱਚ ਇਹ ਦਿਖਾ ਦਿੱਤਾ ਹਿੰਦੁਸਤਾਨ ਨੇ ਕਿ ਜਿਹੜਾ ਹਿੰਦੁਸਤਾਨ ਵੱਲ ਅੱਖ ਕੱਢ ਕੇ ਵੇਖੂਗਾ ਉਹ ਮਾਫ਼ ਨਹੀਂ ਕੀਤਾ ਜਾਊਗਾ, ਉਹਦੀ ਅੱਖ ਕੱਢ ਦਿੱਤੀ ਜਾਊਗੀ। ਜਿਹੜਾ ਹਿੰਦੁਸਤਾਨ ਦੇ ਉੱਤੇ ਕੋਈ ਮਾੜੀ ਦੀ ਵੀ ਹਰਕਤ ਕਰੂਗਾ ਉਹਨੂੰ ਉਹਦਾ ਮੂੰਹ ਤੋੜ ਜਵਾਬ ਦਿੱਤਾ ਜਾਊਗਾ। ਪੂਰੀ ਦੁਨੀਆ ਨੇ ਵੇਖ ਲਿਆ ਹਿੰਦੁਸਤਾਨ ਸਕਸ਼ਮ ਆ, ਹਿੰਦੁਸਤਾਨ ਦੀ ਏਅਰਫੋਰਸ ਸਕਸ਼ਮ ਆ, ਹਿੰਦੁਸਤਾਨ ਦੀ ਜਲ ਸੈਨਾ ਸਕਸ਼ਮ ਆ, ਹਿੰਦੁਸਤਾਨ ਦੀ ਪੈਦਲ ਸੈਨਾ ਜਿਹੜੀ ਆ ਥਲ ਸੈਨਾ ਉਹ ਵੀ ਸਕਸ਼ਮ ਆ, ਅਤੇ ਨਾਲ ਹੀ ਸਕਸ਼ਮ ਆ ਇੱਥੋਂ ਦਾ ਨੇਤ੍ਰਿਤਵ ਜਿਹੜਾ ਨਰਿੰਦਰ ਮੋਦੀ ਜੀ ਦੇ ਹੱਥ 'ਚ ਆ। ਭਾਰਤ ਹੁਣ ਉਹ ਦੇਸ਼ ਨਹੀਂ ਰਿਹਾ ਜਦੋਂ ਜੋ ਮਰਜ਼ੀ ਪਾਕਿਸਤਾਨ ਕਰ ਜਾਂਦਾ ਸੀ ਅਤੇ ਸਿਰਫ ਅਸੀਂ ਗੱਲਬਾਤ ਹੀ ਕਰਦੇ ਰਹਿੰਦੇ ਸੀ। ਹੁਣ ਗੱਲਬਾਤ ਨਹੀਂ, ਹੁਣ ਗੋਲੀ ਦਾ ਜਵਾਬ ਬੰਬਾਂ ਦੇ ਨਾਲ, ਮਿਜ਼ਾਈਲਾਂ ਦੇ ਨਾਲ ਦਿੱਤਾ ਜਾਊਗਾ। ਅਤੇ ਪੂਰਾ ਦੇਸ਼ ਅੱਜ, ਪੂਰਾ ਹਿੰਦੁਸਤਾਨ ਅੱਜ ਫੌਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਣ ਵਾਸਤੇ ਤਿਆਰ ਆ। ਇਹ ਸਭ ਨੌਜਵਾਨ ਜਿਹੜੇ ਆ ਇਹ ਸਭ ਅੱਜ ਭਾਰਤੀ ਫੌਜ ਦੇ ਨਾਲ ਹਰ ਤਰ੍ਹਾਂ ਦੇ ਨਾਲ, ਅਗਰ ਗੋਲੀ ਚਲਾਉਣੀ ਪਈ, ਬੰਦੂਕ ਫੜਨੀ ਪਈ ਤਾਂ ਬੰਦੂਕ ਫੜਾਂਗੇ, ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕਿਸੇ ਤਰ੍ਹਾਂ ਦੀ ਵੀ ਸਹਾਇਤਾ ਹਰ ਤਰ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਫਰੰਟ ਦੇ ਉੱਤੇ ਜਾ ਕੇ ਫੌਜ ਦੀ ਮਦਦ ਕਰਨ ਵਾਸਤੇ ਸਭ ਤਿਆਰ ਆ। ਇੱਥੋਂ ਤੱਕ ਕਿ ਗੋਲੀ ਚਲਾਉਣ ਨੂੰ ਅਤੇ ਸੀਮਾ ਪਾਰ ਕਰਕੇ ਉਹਨਾਂ ਦੇ ਉੱਤੇ ਅਟੈਕ ਕਰਨ ਨੂੰ ਵੀ ਅਸੀਂ ਸਭ ਤਿਆਰ ਹਾਂ।